ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਉਂਗਲ ਮਾਰ ਕੇ ਨਾਲੇ ਬੈਲ ਆਈਕਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਬੌਖਲਾਟ 'ਚ ਗਿੱਦੜ ਧਮਕੀਆਂ ਦੇ ਰਹੇ ਹਨ। ਇਮਰਾਨ ਖਾਨ ਵੱਲੋਂ ਭਾਰਤ 'ਚ ਪੁਲਵਾਮਾ ਅੱਤਵਾਦੀ ਹਮਲੇ ਵਰਗੀ ਵਾਰਦਾਤ ਦੀ ਧਮਕੀ ਦੇਣ ਦੇ ਬਾਅਦ ਪੰਜਾਬ 'ਚ ਵੀ ਖਤਰਾ ਵੱਧ ਗਿਆ, ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਪਠਾਨਕੋਟ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਪਠਾਨਕੋਟ ਪੁਲਿਸ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੁਲਿਸ ਵੱਲੋਂ ਪਠਾਨਕੋਟ 'ਚ ਵੱਖ ਵੱਖ ਜਗ੍ਹਾ 'ਤੇ 40 ਦੇ ਕਰੀਬ ਨਾਕੇ ਲਗਾਏ ਹੋਏ ਹਨ, ਨਾਕੇ ਲਗਾਏ ਗਏ ਹਨ ਤੇ ਹਰ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਕੇ ਲਗਾਏ ਜਾ ਰਹੇ ਆ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਬਹੁਤ ਸਾਰੇ ਜਿਹੜੇ ਈਵਟੀਜ਼ਿੰਗ ਦੇ ਹੋ ਰਹੇ ਛੋਟੀ ਮੋਟੀਆਂ ਘਟਨਾਵਾਂ, ਤੋ ਇਸ ਕਰਕੇ ਆਪਾਂ ਨਾਕੇ ਲਗਾ ਰਹੇ ਚੈੱਕ ਕਰ ਰਹੇ ਹਾਂ। ਇੰਚਾਰਜ PCR ਔਰ ਸਾਰੇ SHOs ਨੂੰ ਕਿਹਾ ਵੀ ਉਹ ਸਕੂਲ ਟਾਈਮਿੰਗ 'ਤੇ ਜਦੋਂ ਸਕੂਲ ਸਵੇਰੇ ਲੱਗਦਾ ਸਪੈਸ਼ਲੀ ਔਰ ਜੇ ਜਾਣ ਲੱਗੇ ਛੁੱਟੀ ਹੁੰਦੀ ਹੈ ਚੈੱਕ ਕਰਨ, ਅਤੇ ਜਿਹੜਾ ਕੋਈ ਬੰਦਾ ਇੱਦਾਂ ਦਾ ਕੋਈ ਬਦਤਮੀਜ਼ੀ ਕਰ ਰਿਹਾ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਿਲਕੁਲ ਉਹਨਾਂ ਦੇ ਜਿੱਥੇ ਮਿਲੇਗਾ ਉਹਨੂੰ ਬੌਂਡ ਕੀਤਾ ਜਾਏਗਾ ਔਰ ਮੈਕਸਿਮਮ ਜੁਰਮਾਨਾ ਕਰਾ ਕੇ ਉਹਨਾਂ ਦੀ ਖਲਾਸੀ ਕਰਵਾਈ ਜਾਏ। ਇਸ ਦੇ ਨਾਲ ਨਾਲ ਇੰਟਰ ਸਟੇਟ ਨਾਕਿਆਂ 'ਚ ਵੀ ਸੁਰੱਖਿਆ ਵਧਾ ਦਿੱਤੀ ਗਈ ਤਾਂ ਕਿ ਕੋਈ ਵੀ ਸ਼ਰਾਰਤੀ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਪਠਾਨਕੋਟ ਦੇ ਨਾਲ ਜੰਮੂ ਤੇ ਪਾਕਿਸਤਾਨ ਦੀ ਸੀਮਾ ਲੱਗਦੀ ਹੈ, ਇਸ ਲਈ ਪਠਾਨਕੋਟ ਦੀ ਸੁਰੱਖਿਆ ਬੇਹੱਦ ਅਹਿਮ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।